निक्के निक्के टींगरे संदूक खिंची जांदे ने, राजा पुछे राणी नूं इह की जनौर जांदे ने। बेटा जी, एक गाना तुसी गा रहे सी? नहीं जी, रूप ते बसंत गा रही सी, वो लंबड़दारा दी कुड़ियां। मेरे वाला विच लाची वे गली लाहौर दी है। जे साडे अगले रिकॉर्ड दे विच ए बच्चियां एक गीत गा देन। हां, गल्ला पंडा च करन वालियां है नहीं, तुसी ऐ दसो रोटी साग ना खाओगे के गाजरां बनाओगे? तेरी चीन मेल दे चुन्नी तेरे सिर तां ओड ओड जावे। रूप ते बसंत दा इंटरव्यू करना सी जी, अपने कोल हैगी है पुत? पता नहीं बीबी। तुहानू किद्दां दा महसूस हुंदा है कि तुसी अपने मौसीकी दे सफर दा आगाज कीता? असीं तां कुछ नहीं कीता जी। ਕੀ ਲੋੜ ਸੀ ਕੁੜੀਆਂ ਨੂੰ ਗਵਾਉਣ ਦੀ? ਹੈ ਕੋਈ ਘਾਟਾ ਤੁਹਾਡੇ? ਪੈਸੇ ਦੀ ਘਾਟ ਸੀ ਤਾਂ ਸਭ ਤੋਂ ਮੰਗ ਲੈਂਦੇ। ਮੈਨੂੰ ਤੂੰ ਦੱਸ ਤੇਰੀ ਕੀ ਮਨਸ਼ਾ ਹੈ? ਨਹੀਂ, ਮੈਂ ਤਾਂ ਨਹੀਂ ਗਾਉਣ ਦਿੰਦਾ। ਮੈਨੂੰ ਇੰਨੀ ਦੂਰ ਵਿਆਉਣਾ ਜ਼ਰੂਰੀ ਆ, ਇਸ ਨਾਲ ਤਾਂ ਤੁਸੀਂ ਮੈਨੂੰ ਉਹ ਮਾਰ ਦਿਓ, ਉਹ ਤਾਂ ਮੈਂ ਤੁਹਾਡੇ ਲਈ ਮਾਰੀ ਜਾਣਾ। ਗਾਉਣ ਦਾ ਸ਼ੌਕ ਜਵਾਕਾਂ 'ਚ ਹੁੰਦਾ, ਮੇਰੀ ਬੀਬੀ ਤਾਂ ਕੁੱਟਦੀ ਹੁੰਦੀ ਸੀ ਜਦੋਂ ਮੈਂ ਗਾਉਂਦੀ ਸੀ। ਫਿਰ ਕੁੱਟ ਖਾ ਕੇ ਸ਼ੌਂਕ ਮਰ ਜਾਂਦਾ ਹੁੰਦਾ। ਇਹਦੀ ਕਿਹੜਾ ਲੋੜ ਆਪਾਂ ਨੂੰ? ਤਾਰਿਆਂ ਤੋਂ ਪੁੱਛ ਛੰਨ ਵੇ, ਸਾਰੀ ਰਾਤ ਤੇਰਾ ਤੱਕਨੀ ਆ ਰਾ। ਤਾਰਿਆਂ ਤੋਂ ਪੁੱਛ ਛੰਨ ਵੇ। ਤੈਨੂੰ ਇੱਕ ਰੁਕੇ ਤੇ ਸਮਝ ਨਹੀਂ ਆਉਂਦੀ ਸਾਲਾ, ਡੂਰ ਸੋਰੀ ਸਮਝਾ, ਨਹੀਂ ਗਾਉਣਾ ਨਹੀਂ ਗਾਉਣਾ। ਜੇ ਅੱਜ ਤੋਂ ਬਾਅਦ ਤੂੰ ਮੈਨੂੰ ਗਾਉਂਦੀ ਸੁਣਗੀ ਉਸ ਵੇਲੇ ਚੱਕ ਕੇ ਪੇਕੇ ਛੱਡਿਆਂਗਾ, ਸਮਝ ਆ ਗਈ? ਹੁਣ ਨਹੀਂ ਗਾਉਂਦੀ। ਸਾਰੇ ਪਹਾੜੇ ਦੀ ਜੜ੍ਹ ਤਾਂ ਇੱਕ ਗ੍ਰਾਮੋਫੋਨ ਹੈ। ਤੈਨੂੰ ਆ ਨਹੀਂ ਸੀ ਦੀਂਦੀ, ਇਹਨੂੰ ਨਹੀਂ ਸੀ ਚੱਕਣਾ। ਬਜੀਤ ਕੀ ਵਾਲੀ ਕੁੜੀ ਤਾਂ ਫੇਰ ਕੁੜੀ ਹੋ ਗਈ। ਹਾਂਜੀ ਤਾਈ, ਭਾਈ ਬਾਲਾ ਹੀ ਵਾਣਾ ਹੋਇਆ। ਤੇਰੇ ਬੇਬੇ ਨੇ ਕਦੇ ਹੁਣ ਗੇੜਾ ਹੀ ਨਹੀਂ ਮਾਰਿਆ। ਮੈਂ ਸੁਣ ਵਾਲੀ ਹੈ ਜੀ, 4-5 ਦਿਨ ਹੋ ਗਏ ਉਹਦੇ ਦੁਆਲੇ ਹੋਈ ਹੋਈ ਹੈ ਜੀ। ਵਾਹਿਗੁਰੂ ਭਲੀ ਕਰੇ, ਕੱਟੀ ਹੋਈ ਹੈ।